ਦੋਸਤੋ ਆਪਾਂ ਖੜੇ ਆਂ ਮਹਰਾਜ ਤੋਂ ਜਿਹੜਾ ਫੂਲ ਨੂੰ ਰੋੜ ਜਾਂਦਾ 16 ਪੱਤੀ ਦੇ ਵਿੱਚ ਵਾਟਰਬਾਕਸ ਹੈ ਇੱਕ 16 ਪੱਤੀ ਚ ਸਾਡੇ ਪਿੰਡ ਮਹਰਾਏ ਤੇ ਉਹਦੇ ਨਾਲ ਇੱਕ ਨਵਾਂ ਰੋੜ ਨਿਕਲਿਆ ਫੂਲ ਨੂੰ ਜਾਂਦਾ ਹੈ ਉਹ ਫੂਲ ਆ ਗਈ ਸਾਡੀ ਤਹਿਸੀਲ ਤੇ ਇਹ ਇੱਥੇ ਨਾ ਪਹਿਲਾਂ ਪਹੀ ਹੁੰਦੀ ਸੀਗੀ ਕੱਚੀ ਜਮਾ ਤੇ ਇੱਥੇ ਕੱਚੀ ਪਈ ਹੁੰਦੀ ਸੀ ਉਸ ਤੋਂ ਬਾਅਦ ਇੱਥੇ ਸੜਕ ਬਣੀ ਤੇ ਉਸ ਤੋਂ ਬਾਅਦ ਰੁੱਖ ਲਾਏ ਹੁਣ ਇਹ ਰੁੱਖ ਦੇਖੋ ਕਿੰਨੇ ਵਧੀਆ ਹੋਏ ਹੋਏ ਆ ਦੇਖੋ ਸਾਰੀ ਗ੍ਰੀਨਰੀ ਮਹਰਾਜ ਨੇ ਬਹੁਤ ਸੋਹਣਾ ਲੱਗਦਾ ਹੈ ਹਰੀ ਛੜਕ ਤੇ ਹਾਂ ਪਾਣੀ ਪਾ ਪਾ ਕੇ ਤੇ ਕਲੋਰੋ ਪਾ ਪਾ ਕੇ ਵਧੀਆ ਰੁੱਖ ਦੇਖੋ ਵੱਡੇ ਹੋਏ ਪਏ ਨੇ ਇੱਥੇ ਵੀ ਹਜੇ ਸੜਕ ਤੇ ਰੁੱਖ ਲਾਉਣ ਵਾਲੇ ਰਹਿੰਦੇ ਨੇ ਫੂਲਪਿੰਡ ਹੈ ਜਿਹੜਾ ਸਾਡੀ ਤਸੀਲ ਵਾਲਾ ਫੂਲਪਿੰਡ ਦੇ ਨੇੜੇ ਹੀ ਆ ਕੇ ਰੁੱਖ ਹਜੇ ਥੋੜੀ ਲਾਉਣ ਵਾਲੇ ਰਹਿੰਦੇ ਨੇ ਠੀਕ ਹੈ ਸਾਰੇ ਰੁੱਖ ਆਪਾਂ ਹੌਲੀ-ਹੌਲੀ ਪੂਰੇ ਕਰ ਦੇਣੇ ਆ ਆ ਜਿਹੜੀਆਂ ਤੁਸੀਂ ਵੱਡੀਆਂ ਟਾਹਣੀਆਂ ਦੇਖੀ ਜਾਂਦੇ ਹੋ ਇਹ ਪਹਿਲਾਂ ਦੀਆਂ ਲੱਗੀਆਂ ਹੋਈਆਂ ਘੱਟੋ-ਘੱਟ ਇਹ 20 ਵੀ ਸਾਲ ਪੁਰਾਣੀਆਂ ਟਾਹਣੀਆਂ ਹੋਣੀਆਂ ਤੇ ਜਿਹੜੀਆਂ ਹੁਣ ਵਾਲੀਆਂ ਟਾਹਣੀਆਂ ਨੇ ਤੇ ਜਿਨ੍ਹਾਂ ਨੂੰ ਬਈ 1 ਸਾਲ 5 ਮਹੀਨੇ ਹੋ ਗਏ ਲੱਗਿਆਂ ਨੂੰ ਉਹ ਆਹ ਟਾਲੀਆਂ ਨੇ ਇਹਨਾਂ ਨੂੰ 1 ਸਾਲ 5 ਮਹੀਨੇ ਹੋ ਗਏ ਮੈਂ ਤਾਂ ਕਹਿੰਦਾ ਹਰੇਕ ਪਿੰਡ ਹਰੇਕ ਸ਼ਹਿਰ ਦੇ ਵਿੱਚ ਇਹ ਲਹਿਰ ਛੜਨੀ ਚਾਹੀਦੀ ਆ ਜਿਹੜੀ ਮਰਾਜ ਪਿੰਡ 'ਚ ਇਹ ਲਹਿਰ ਛੜੀ ਹੋਈ ਹੈ ਨਾ ਰੁੱਖਾਂ ਦੀ ਵੀ ਬਸ ਰੁੱਖ ਲਾਓ ਸੰਭੂ ਰੁੱਖ ਲਾਓ ਸੰਭੂ ਇਹ ਲਹਿਰ ਹਰੇਕ ਪਿੰਡ 'ਚ ਹਰੇਕ ਸ਼ਹਿਰ 'ਚ ਛੜਨੀ ਚਾਹੀਦੀ ਹੈਗੀ ਮੈਂ ਇੱਕ ਗੱਲ ਹੋਰ ਯਾਰ ਸੋਚਦਾ ਹੁੰਨਾ ਘਰੇ ਬੈਠਾ ਵੀ ਜਿਵੇਂ ਮੁੰਡੇ ਰੁੱਖ ਲਾਉਂਦੇ ਫਿਰਦੇ ਨੇ ਇਹ ਹੱਕ ਪੈਣਾ ਦਾ ਵੀ ਬੰਦ ਆ ਠੀਕ ਹੈ ਯਾਰ ਇਹ ਨਾ ਕਿਹੋ ਵੀ ਹਰੇਕ ਕੰਮ ਮੁੰਡੇ ਨੇ ਕਰਨਾ ਹੁੰਦਾ ਹੈ ਨਾ ਨੂਰ ਸਹੀ ਗੱਲ ਹੈ ਬਈ ਹਰੇਕ ਕੰਮ ਮੁੰਡੇ ਨੇ ਨਹੀਂ ਕਰਨਾ ਪੈਣਾ ਦਾ ਹੱਕ ਪੰਦਾ ਪੈਣਾ ਕੇ ਨਾਲ ਖੜਨਾ ਜੇ ਰੁੱਖਾਂ ਦੀ ਸੇਵਾ ਕਰਾਉਣੀ ਹੈ ਠੀਕ ਹੈ ਜਾਂ ਤਾਂ ਬਾਹਰ ਜਾ ਕੇ ਫਿਰ ਪੰਜਾਬ ਨੂੰ ਮਾੜਾ ਨਾ ਕਹੋ ਤੇ ਨਹੀਂ ਫਿਰ ਨਾਲ ਖੜ ਕੇ ਰੁੱਖਾਂ ਦੀ ਸੇਵਾ ਕਰਾਓ ਠੀਕ ਹੈ ਹਰੇਕ ਪਿੰਡ ਚ ਮੈਂ ਕਹਿੰਦਾ ਘੱਟੋ ਘੱਟ 10 10000 ਰੁੱਖ ਵੱਡਾ ਹੋਇਆ ਹੋਣਾ ਚਾਹੀਦਾ 10000 ਰੁੱਖ ਛੋਟੇ ਤੋਂ ਛੋਟੇ ਪਿੰਡ ਚ ਵੀ ਵੱਡਾ ਹੋ ਸਕਦਾ ਠੀਕ ਹੈ ਮੈਂ ਉਹਨਾਂ ਵੀਰਾਂ ਨੂੰ ਤੇ ਉਹਨਾਂ ਭੈਣਾਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਹੈਗੀ ਤੇ ਜਿਹੜੇ ਭਰਾਵੋ ਤੁਸੀਂ ਕਹਿਣੋ ਵੀ ਰੁੱਖ ਹੈ ਨਹੀਂ ਤੇ ਰੁੱਖ ਲਾਓ ਤੇ ਰੁੱਖ ਵੱਡੇ ਕਰੋ ਇਹ ਕਈ ਬਹੁਤ ਵੀਰ ਨੇ ਜਿਹੜੇ ਠੀਕ ਹੈ ਵੱਡੀਆਂ ਵੱਡੀਆਂ ਸੰਸਥਾਵਾਂ ਨੇ ਪੰਜਾਬ ਦੀਆਂ ਇੰਡੀਆ ਦੀਆਂ ਵੱਡੀਆਂ ਵੱਡੀਆਂ ਐਨ ਜੀਓ ਨੇ ਉਹ ਕਰਦੇ ਪਤਾ ਕੀ ਨੇ ਮੈਂ ਸੱਚਾਈ ਦੱਸਦਾ ਸੋ ਨੋਨਾਂ ਦੀ ਹੁਣ ਬਹੁਤ ਐਨ ਜੀਓ ਵਾਲੇ ਮੇਰੀ ਇਹ ਵੀਡੀਓ ਦੇਖਣਗੇ ਠੀਕ ਹੈ ਉਹਨਾਂ ਦੀ ਸੱਚਾਈ ਇਹ ਹੀ ਹੈਗੀ ਉਹ ਰੁੱਖ ਲਾਉਂਦੇ ਨੇ ਫੋਟੋਆਂ ਖਿਚਾਉਂਦੇ ਨੇ ਵੀਡੀਓ ਪਾਉਂਦੇ ਨੇ ਉਦੋਂ ਬਾਅਦ ਕੋਈ ਉਹਨਾਂ ਨੂੰ ਪਾਣੀ ਨਹੀਂ ਪਾਉਣ ਆਉਂਦਾ ਕੋਈ ਉਹਨਾਂ 'ਚ ਦਵਾਈ ਨਹੀਂ ਪਾਉਣ ਆਉਂਦਾ ਕੋਈ ਇਹ ਨਹੀਂ ਦੇਖਣ ਆਉਂਦਾ ਵੀ ਇਹਨਾਂ ਨੂੰ ਕੀੜਾ ਲੱਗਿਆ ਜਾਂ ਨਹੀਂ ਲੱਗਿਆ ਕੋਈ ਇਹ ਨਹੀਂ ਦੇਖਣ ਆਉਂਦਾ ਵੀ ਉਹ ਜੇ ਵੱਡਾ ਹੋ ਗਿਆ ਤਾਂ ਕਿਸੇ ਨੇ ਵੱਡਾ ਤਾਂ ਨਹੀਂ ਲਿਆ ਠੀਕ ਹੈ ਸਿਰਫ ਸੋਨੂੰ ਜ਼ਿਆਦਾਤਰ ਐਨ ਜੀਓ ਵਾਲਿਆਂ ਨੂੰ ਫੋਟੋਆਂ ਖਿਚਾਉਣ ਤੱਕ ਮਤਲਬ ਹੈ ਸੋਨੂੰ ਵੀਡੀਓ ਪਾਉਣ ਤੱਕ ਮਤਲਬ ਹੈ ਸੋਨੂੰ ਕੋਈ ਇਹ ਮਤਲਬ ਨਹੀਂ ਹੈਗਾ ਵੀ ਰੁੱਖ ਨੂੰ ਪਾਣੀ ਪਾ ਕੇ ਵੱਡਾ ਵੀ ਕਰ ਲਗੇ ਠੀਕ ਹੈ ਜੀ ਸਾਂਭ ਸੰਭਾਲ ਕਰ ਲਗੇ ਆਉਣ ਵਾਲੀਆਂ ਪੀੜ੍ਹੀਆਂ ਰੁੱਖ ਛੋਡੇ ਲੱਗੇ ਰੁੱਖਾਂ ਨੂੰ ਦੇਖਣ ਸੋਨੂੰ ਯਾਦ ਕਰਨ ਹੂੰ ਇੱਕ ਜਿਹੜੇ ਵੀਰ ਪੂਰੇ ਪੂਰੇ ਜਿਹੜੇ ਕਹਿੰਦੇ ਆ ਨਾ ਵੀ ਅਸੀਂ ਰੁੱਖਾਂ ਦੀ ਸੇਵਾ ਕਰਦੇ ਆ ਤੇ ਉਹ ਕਿਸੇ ਦੀ ਪਰਸਨਲ ਥਾਂ ਦੇ ਵਿੱਚ ਰੁੱਖ ਲਾਉਂਦੇ ਨਹੀਂ ਕਿਸੇ ਦੀ ਪਰਸਨਲ ਥਾਂ 'ਚ ਤੁਸੀਂ ਅੱਜ ਰੁੱਖ ਲਾਏ ਪਹਿਲਾਂ ਜਦੋਂ ਉਹਨੇ 20 30 ਸਾਲਾਂ ਬਾਅਦ ਜਦੋਂ ਤੁਹਾਡੇ ਰੁੱਖ ਵੱਡੇ ਹੋ ਗਏ ਉਦੋਂ ਤੱਕ ਉਹਨੇ ਰੁੱਖ ਪੱਟਦੇ ਆ ਤੁਸੀਂ ਕਿਹੜਾ ਉਹਨੂੰ ਜਾ ਕੇ ਦੇਖਣਾ ਵੀ ਹਾਂ ਵੀ ਰੁੱਖ ਬਰੇ ਲੱਗੇ ਹੋਏ ਹੈਗੇ ਆ ਕਿ ਨਹੀਂ ਹੈਗੇ ਜਾਂ ਪੱਟ ਲਏ ਕਿਸੇ ਨੇ ਤੁਸੀਂ ਜਦੋਂ ਕਿ ਜੀ ਪਰਸਨਲ ਥਾਂ 'ਚ ਰੁੱਖ ਲਾਉਣਿਓ 100 ਦਾ 100% ਮੈਂ ਇਹਨੂੰ ਗਲਤ ਕਹਿਣਾ ਤੁਸੀਂ ਰੁੱਖ ਲਾ ਕੇ ਬਾਅਦ ਚ ਢੇੜਾ ਨਹੀਂ ਮਾਰਨਾ ਉਹਨੂੰ ਪੁੱਛਣਾ ਨਹੀਂ ਪਾਣੀ ਪਾਇਆ ਜਾਂ ਨਹੀਂ ਪਾਇਆ ਆਪਣੇ ਪੰਜਾਬ ਦੀਆਂ ਕਿੰਨੀਆਂ ਸੜਕਾਂ ਖਾਲੀ ਪਈਆਂ ਨੇ ਪੰਜਾਬ ਦੇ ਪਿੰਡਾਂ ਦੀਆਂ ਸੜਕਾਂ ਪੰਜਾਬ ਦੇ ਸ਼ਹਿਰਾਂ ਦੀਆਂ ਸੜਕਾਂ ਇੰਡੀਆ ਲੈਵਲ ਦੀ ਗੱਲ ਕਰੀਏ ਇੰਡੀਆ ਦੇ ਪਿੰਡਾਂ ਦੀਆਂ ਸੜਕਾਂ ਕਿੰਨੀਆਂ ਖਾਲੀ ਪਈਆਂ ਨੇ ਤੁਸੀਂ ਯਾਰ ਲੋਕਾਂ ਦੇ ਥਾਮਾ ਚਲਾਉਂਦੇ ਫਿਰਦੇ ਹੋ ਹੈ ਕੋਈ ਜਿਹਦੇ ਕੋਈ ਚਾਰ ਬੱਥੇ ਬਹਿਲੇ ਪਿਆ ਹੁੰਦਾ ਥਾਂ ਦਾ ਤੁਹਾਨੂੰ ਫੋਨ ਕਰ ਦਿੰਦਾ ਹਾਂ ਬਈ ਮੁੰਡਿਆ ਰੁੱਖ ਲਾਉਣ ਆਇਓ ਸਾਡੇ ਥਾਂ ਵਿਹਲਾ ਪਿਆ ਤੁਸੀਂ ਭੱਜੇ ਜਾਂਦੇ ਹੋ ਕੀ ਫਾਇਦਾ ਯਾਰ ਕਿਸੇ ਦੀ ਪਰਸਨਲ ਥਾਂ 'ਚ ਰੁੱਖ ਨਾ ਲਾਓ ਜੇ ਕੋਈ ਤੁਹਾਨੂੰ ਫੋਨ ਕਰਦਾ ਨਾ ਸਾਡੇ ਥਾਂ ਵਿੱਲਾ ਪਿਆ ਸਾਡੇ ਘਰੇ ਆ ਕੇ ਰੁੱਖ ਲਾ ਕੇ ਜਾਓ ਸਾਰੇ ਮੁੰਡੇ ਇਕੱਠੇ ਹੋ ਕੇ ਹਾਂ ਰੁੱਖ ਲਾਉਣੇ ਹੋ ਤੁਸੀਂ ਚੰਗਾ ਕੰਮ ਕਰਦੇ ਹੋ ਉਦੋਂ ਵੱਡਾ ਪੁੰਦ ਨਹੀਂ ਹੈਗਾ ਪਰ ਕਿਸੇ ਦੀ ਪਰਸਨਲ ਥਾਂ 'ਚ ਰੁੱਖ ਨਾ ਲਾਓ ਜਿਹਨੂੰ ਇੰਨੇ ਸ਼ੌਂਕ ਆ ਰੁੱਖ ਲਾਉਣ ਦਾ ਆਪ ਨਰਸਰੀ 'ਚ ਲਿਆ ਕੇ ਉਹ ਬੰਦਾ ਰੁੱਖ ਲਾਵੇ ਠੀਕ ਹੈ ਆਪ ਲਿਆ ਕੇ ਰੁੱਖ ਲਾਵੇ ਆਪ ਪਾਣੀ ਪਾ ਕੇ ਵੱਡਾ ਕਰੇ ਜੋ ਨਹੀਂ ਸ਼ੌਂਕ ਆ ਸਾਨੂੰ ਕਿਉਂ ਬੁਲਾ ਰਹੇ ਆ ਉਹ ਸੋਡੇ ਲਈ ਸੜਕਾਂ ਥੋੜੀਆਂ ਨੇ ਰੁੱਖ ਲਾਉਣ ਨੂੰ ਆ ਗ੍ਰੀਨਰੀ ਟੀਮ ਰਾਜ ਮਰਾਜ ਤੋਂ ਸੁਧਾਣਾ ਮਰਾਜ ਤੋਂ ਫੋਨ ਫੂਲ ਮਰਾਜ ਤੋਂ ਰੰਪਰਾ ਫੂਲ ਤੇ ਜਿਹੜੇ ਰੁੱਖ ਲੱਗੇ ਹੋਏ ਨੇ ਸਾਰੇ ਮਰਾਜ ਪਿੰਡ ਵਾਲੇ ਵੀਰਾਂ ਦੇ ਸਹਿਯੋਗ ਨਾਲ ਹੀ ਲੱਗੇ ਹੋਏ ਨੇ ਠੀਕ ਹੈ ਬੀਆ ਇਹ ਨਹੀਂ ਹੈਗਾ ਵੀ ਅਸੀਂ ਆਪ ਹੀ ਤੁਰੇ ਫਿਰਦੇ ਹਾਂ ਸਾਰੇ ਪਿੰਡ ਦਾ ਸਾਨੂੰ ਸਹਿਯੋਗ ਹੈ ਸਾਨੂੰ ਸਾਰੇ ਪਿੰਡ ਦੇ ਵੀਰ ਸਾਨੂੰ ਸਾਰੇ ਪਿੰਡ ਦੀਆਂ ਭੈਣਾਂ ਸਾਡੀਆਂ ਮਾਵਾਂ ਸਾਨੂੰ ਇਹ ਕਹਿੰਦੇ ਨੇ ਵੀ ਪੁੱਤ ਪਹਿਲਾਂ ਸੜਕਾਂ ਦੇ ਰੁੱਖ ਲਾਓ ਠੀਕ ਹੈ ਜਿਹਦੇ ਕੋਲੇ ਥਾਂ ਪਿਆ ਘਰੇ ਉਹ ਆਪ ਲਾ ਲੈ ਇਹੇ ਮਤਲਬ ਨਾ ਰੱਖੋ ਇਹ ਦਿਖਾਵੇ ਨਾ ਕਰੋ ਪਹਿਲਾਂ ਤਾਂ ਪੰਜਾਬੀਆਂ ਦੇ ਵਿੱਚ ਇਹ ਸਭ ਤੋਂ ਵੱਡੀ ਘਾਟ ਇਹ ਹੈ ਉਹ ਦਿਖਾਵਾ ਬਹੁਤ ਕਰਦੇ ਹੋ ਤੁਸੀਂ ਪਹਿਲਾਂ ਦਿਖਾਵਾ ਕਰਕੇ ਚਲੇ ਜਾਂਦੇ ਹੋ ਆਹ ਤੂੰ ਫੁੱਲ ਦੇ ਨੇੜੇ ਫੁੱਲ ਵਾਲਿਆਂ ਨੇ ਰੁੱਖ ਲਾਈ ਸੀਗੇ ਉਹ ਰੁੱਖ ਉਹਨਾਂ ਦੇ ਨਾਲ ਤਾਂ ਲਈ ਪਾਣੀ ਇੱਕ ਦਿਨ ਵੀ ਨਹੀਂ ਪਾਉਣਾ ਯਾਰ ਤੁਸੀਂ ਦੋ ਤਿੰਨ ਵਾਰੀ ਉਹਨਾਂ ਨੂੰ ਪਾਣੀ ਤਾਂ ਪਾਓ ਹੂੰ ਉਹ ਮੱਚੀ ਜਾਂਦੇ ਸੀ ਉੱਥੇ ਅਸੀਂ ਬਾਬਾ ਢੇੜਾ ਮਾਰ ਲਿਆ ਉਹਨਾਂ ਨੂੰ ਸੰਭਲਿਆ ਉਹ ਪਾਣੀ ਪਾਉਣਾ ਪਹਿਲਾਂ ਜ਼ਰੂਰੀ ਹੈ ਰੁੱਖ ਨੂੰ ਪਹਿਲਾਂ ਇਹ ਦੇਖੋ ਜਦੋਂ ਆਪਾਂ ਆਪਣੇ ਬੱਚੇ ਤੋਂ ਰੁੱਖ ਲਵਾ ਤਾ ਇੱਕ ਬੱਚੇ ਦੀ ਜ਼ਿੰਮੇਵਾਰੀ ਲਾਓ ਆਪਣੇ ਦੀ ਨਲੇ ਰੁੱਖ ਲਾਉਣੇ ਫੇਰ ਹੀ ਸਿੱਖੂ ਨਾ ਉਹ ਵੀ ਪੁੱਤ ਇਹ ਰੁੱਖ ਮੈਂ ਤੇਰੇ ਲਈ ਲਾਤਾ ਤੈਨੂੰ ਵੱਡਾ ਤੂੰ ਹੀ ਕਰਨਾ 10 ਨੂਰ ਗਲਤ ਗੱਲ ਹੈ ਕਿ ਨਹੀਂ ਗਲਤ ਗੱਲ ਆ ਬਈ ਜਵਾਂ ਜਿਹੜੇ ਲਾ ਕੇ ਸਾਹਮਦੇ ਨਹੀਂ ਬਈ ਇਹ ਤੋਂ ਵੱਡਾ ਮੈਂ ਜੇ ਪਾਪ ਹੀ ਹੈ ਨਹੀਂ ਬਈ ਕੋਈ ਰੁੱਖ ਲਾਤਾ ਤੇ ਉਹਨੂੰ ਤਰਸਾਈ ਜਾਣਾ ਹਨਾ ਬਈ ਪਾਣੀ ਨਹੀਂ ਪਾਇਆ ਦਵਾਈ ਨਹੀਂ ਪਾਈ ਜੇ ਬੰਦਾ ਇੱਕ ਦਿਨ ਪਾਣੀ ਨਾ ਪੀਵੇ ਉਹਦਾ ਕੀ ਹਾਲ ਹੋਊ ਉਹੀ ਤਾਂ ਗੱਲ ਆ ਬਈ ਹੁਣ ਮੰਨ ਲਓ ਜੇ ਆਪਾਂ ਇੱਕ ਬਿਨਾ ਇੱਕ ਦਿਨ ਕੀ ਆਪਾਂ 2-3 ਘੰਟੇ ਨਹੀਂ ਬਈ ਰਹਿ ਸਕਦੇ ਬਿਨਾ ਪਾਣੀ ਦੇ ਹਾਂ ਤੇ ਰੁੱਖ ਦੇਖ ਲੈ ਆਪਾਂ ਲਾਤਾ ਹਨਾ ਕਈ ਦਿਨ ਨਹੀਂ ਪਾਣੀ ਪਾਉਂਦੇ ਇਹਦਾ ਤਾਂ ਕੋਈ ਫਾਇਦਾ ਨਹੀਂ ਬਈ ਹੂੰ ਤਰਸਾਉਣਾ ਹੀ ਆ ਉਹਦਾ ਬਈ ਰੁੱਖ ਨੂੰ ਕੋਈ ਫਾਇਦਾ ਨਹੀਂ ਪਾ ਆਪ ਹੀ ਲੱਗਦਾ ਬਈ ਤੇ ਜਿਹੜੇ ਫੋਟੋਆਂ ਖਿਚਾਉਣ ਤੱਕ ਮਤਲਬ ਜਿੰਨਾ ਤੇ ਵੀਡੀਓ ਬਣਾਉਣ ਤੱਕ ਕਿਸੇ ਦੇ ਘਰੇ ਜਾ ਕੇ ਦਰਖਤ ਲਾਏ ਆਉਂਦੇ ਨੇ ਉਹ ਕੋਈ ਫਾਇਦਾ ਨਹੀਂ ਬਈ ਆਪ ਦਾ ਸੇਵਾ ਕਰਨੀ ਆ ਬਈ ਆਪ ਦੀ ਇੱਥੇ ਗਰਾਊਂਡ ਲੈਵਲ ਤੇ ਕਰੋ ਠੀਕ ਆ ਬਿਨਾ ਸੋਸ਼ਲ ਮੀਡੀਆ ਤੋਂ ਆਪਾਂ ਵੀ ਚਲੋ ਫੋਟੋਆਂ ਵੀਡੀਓ ਮੇ ਪਾ ਦਨੇ ਉਹ ਵੀ ਆਪਾਂ ਬਈ ਇਹਨੇ ਹੁੰਦੇ ਸਟੇਟ ਕਰਦ ਨੂੰ ਪਾਉਂਦੇ ਆ ਵੀ ਤੁਸੀਂ ਵੀ ਇਹ ਕੰਮ ਕਰੋ ਹਾਂ ਆਪਾਂ ਕੋਈ ਸ਼ੋਅ ਆਫ ਨੂੰ ਨਹੀਂ ਪਾਉਂਦੇ ਬਾਈ ਫੋਟੋਆਂ ਵੀਡੀਓਆਂ ਆਪਾਂ ਲੋਕਾਂ ਨੂੰ ਦੱਸਦੇ ਆ ਵੀ ਤੁਸੀਂ ਵੀ ਦਰਖਤ ਲਾਓ ਆਪਾਂ ਐ ਨਹੀਂ ਫੋਟੋਆਂ ਵੀਡੀਓਆਂ ਪਾਉਂਦੇ ਵੀ ਤੁਸੀਂ ਸ਼ੋਅ ਆਫ ਕਰੀ ਜਾਓ ਤੇ ਇੱਕ ਗੱਲ ਇਹ ਵੀ ਆ ਤੇ ਜਿਹੜੇ ਚੱਲ ਰੁੱਖ ਲਾਉਂਦੇ ਨੇ ਚੱਲ ਵੀਡੀਓ ਪਾਉਂਦੇ ਆ ਪਾ ਲੈਣ ਸ਼ੋਅ ਆਫ ਵੀ ਕਰ ਲੈਣ ਠੀਕ ਆ ਬਈ ਠੀਕ ਹੈ ਜਿਹੜੇ ਕਿਸੇ ਦੀ ਪਰਸਨਲ ਥਾਂ 'ਚ ਲਾ ਕੇ ਆਉਂਦੇ ਨੇ ਰੁੱਖ ਤਰ ਉਹਨੇ ਤਾਂ 20 ਸਾਲਾਂ ਨੂੰ ਵੱਢ ਦੇਣੇ ਆ ਉਹ ਤਾਂ ਮਾਲਕਾ ਕਰਦਾ ਤੁਸੀਂ ਕੀ ਕਰ ਲਓਗੇ ਉਹਦਾ ਤੁਸੀਂ ਕੁਝ ਨਹੀਂ ਕਰ ਸਕਦੇ ਜਿਹੜੇ ਅੱਜ ਜੰਗਲ ਬਣਾਈ ਜਾਂਦੇ ਨੇ ਨਾ ਤੁਸੀਂ ਉਹਨਾਂ ਦੇ ਖੇਤਾਂ 'ਚ ਕਿੱਲੇ ਕਿੱਲੇ ਅੱਧੇ ਅੱਧੇ ਕਿੱਲੇ 'ਚ ਜਾ ਕੇ ਰੁੱਖ ਲਾਈ ਜਾਂਦੇ ਉਹਨਾਂ ਦੇ ਖੇਤਾਂ 'ਚ ਜਾ ਜਾ ਕੇ 20 30 ਸਾਲਾਂ ਬਾਅਦ ਵੇਚ ਦੇਣੇ ਉਹਨਾਂ ਨੇ ਪੱਟ ਕੇ ਰੋਕ ਲੂੰਗੇ ਤੁਸੀਂ ਦੋ ਜਵਾਬ ਕਮੈਂਟ 'ਚ ਰੋਕ ਲੂੰਗੇ ਉਹਨਾਂ ਨੂੰ ਸੜਕਾਂ ਯਾਰ ਥੋੜੀਆਂ ਪਈਆਂ ਨੇ ਤੁਸੀਂ ਮੰਨ ਨੂੰ ਇੱਕ ਸੜਕ ਤੇ ਰੁੱਖ ਲਾਤੇ ਉਹਦੀ ਉਹਨੂੰ ਸਾਰਾ ਪਿੰਡ ਲੰਘਦਾ ਦੇਖੂ ਸਾਰਾ ਸ਼ਹਿਰ ਲੰਘਦਾ ਦੇਖੂ ਸਾਰੇ ਪੰਜਾਬ ਉਸ ਸੜਕ ਉੱਤੋਂ ਦੀ ਲੰਘਦਾ ਦੇਖੂਗਾ ਵੀ ਆ ਰੁੱਖ ਲੱਗੇ ਹੋਏ ਨੇ ਉੱਥੇ ਜਿਹੜੇ ਜਿਹੜੇ ਤੁਸੀਂ ਕਿਸੇ ਦੀ ਪਰਸਨਲ ਥਾਂ 'ਚ ਰੁੱਖ ਲਾਏ ਆਏ ਉਹਨੂੰ ਕੌਣ ਦੇਖੂ ਕਿਸੇ ਨੇ ਨਹੀਂ ਦੇਖਣੇ ਉਹ ਫੋਰੈਸਟ ਵਿਭਾਗ ਵੀ ਰਾਖੀ ਕਰੂਗਾ ਜਿਹੜਾ ਸੋਡੇ ਸੜਕ ਦਾ ਕੋਈ ਦਰੋਗਾ ਹੈ ਉਹ ਵੀ ਉਹਦੀ ਰਾਖੀ ਕਰੂ ਵੀ ਹਾਂ ਯਾਰ ਮੁੰਡਿਆਂ ਨੇ ਰੁੱਖ ਲਾਏ ਆਗੇ ਸਾਂਭ ਸੰਭਾਲ ਕੀਤੀ ਆ ਇੱਥੇ ਇਹਦੀ ਆਪ ਰਾਖੀ ਰੱਖੀ ਆ ਹੁਣ ਮੈਨੂੰ ਕੋਈ ਵੱਢ ਕੇ ਨਾ ਲੈ ਜੇ ਇਸ ਕਰਕੇ ਭਰਾਓ ਪਹਿਲਾਂ ਤਾਂ ਮੇਰੀ ਹੱਥ ਜੋੜ ਕੇ ਬੇਨਤੀ ਦਿਖਾਵੇ ਤੋ ਰਹੋ ਦੂਰ ਤੇ ਦੂਜੀ ਗੱਲ ਇਹ ਹੈ ਲੋਕਾਂ ਦੇ ਥਾਵਾਂ ਨੂੰ ਛੱਡੋ ਸੜਕਾਂ 'ਤੇ ਰੁੱਖ ਲਾਓ ਆਪਣੀਆਂ ਗਲੀਆਂ 'ਚ ਲਾਓ ਉਹ ਆਪੀ ਲਾਲੇ ਲਿਆ ਕੇ ਉਹਨੂੰ ਸ਼ੌਂਕ ਹੋ ਜੀਦਾ ਥਾਂ ਹੈਗਾ ਰੁੱਖ ਲਾਉਣ ਦਾ ਆਪਣੀਆਂ ਸੜਕਾਂ ਤਾਂ ਖਾਲੀ ਪਈਆਂ ਜਿੱਥੋਂ ਦੇ ਸਾਰੇ ਸੰਸਾਰ ਨੇ ਲੰਘਣਾ ਆਹ ਸੜਕ ਦੇਖ ਲਓ ਰੁੱਖਾਂ ਨਾਲ ਹੌਲੀ-ਹੌਲੀ ਢੱਕੀ ਜਾਣੀ ਆ ਸਾਰੇ ਪਿੰਡ ਮਹਰਾਜ ਦੇ ਸਹਿਯੋਗ ਨਾਲ ਗ੍ਰੀਨਰੀ ਟੀਮ ਨੇ ਬਹੁਤ ਰੁੱਖ ਲਾਉਣੇ ਨੇ ਆਉਣ ਵਾਲੇ ਟਾਈਮ 'ਚ ਇੱਥੋਂ ਦੀ ਤਾਂ ਸਾਰੀ ਦੁਨੀਆ ਨੇ ਲੰਘਣਾ ਉਹ ਬੋਦੋ ਉਹ ਜਿਹੜੀ ਜਿਹਦੇ ਥਾਂ 'ਚ ਲਾਏ ਉਹ ਉਹਦਾ ਤਾਂ ਮਤਲਬ ਹੀ ਨਹੀਂ ਰਿਹਾ ਕੋਈ ਇੰਨੀ ਕ ਬੇਨਤੀ ਪ੍ਰਭੂ ਪ੍ਰਵਾਨ ਕਰਿਓ ਠੀਕ ਹੈ ਤੇ ਇੱਕ ਗੰਨ ਚੋਂ ਗੱਲ ਪਾ ਕੇ ਦੂਜੇ ਕੰਦੀ ਨਾ ਕੱਢਿਆ ਕਰੋ ਇੰਨੀ ਕ ਗੱਲਾਂ ਜ਼ਰੂਰ ਪੱਲੇ ਬੰਨਿਓ